सत श्री अकाल जी, हॉट न्यूज़ इंडिया देख रहे सारे दर्शकों का स्वागत है जी। मैं हाँ आपका अपना गौरव। सो दोस्तों थानू दस दिए, जिते ही बीते दिन कुछ दिन पहला जिते लतीफपुरा दे वासियां दे मकान ढा दिते गए सीगे, उत्थे ही लोग जिहड़े सड़कां ते आ गए, लोगों नू बिना सरकार ने कुछ दिते हुए रहन दी ना रहन दी सुविधा ना खान दी सुविधा, उत्थे ही हुण जे गल कीती जावे कई ऐसियां NGOs ते संस्थावां जिद्दां कि खालसा ऐड हो गया या होर भी कई ऐसी NGOs जिहड़ियां सामने आंदियां ने, इहनां वल्लों इहनां दी रहन दी सुविधा या खान दी सुविधा नू भी देखिया जांदा है। उत्थे ही तुहानू दस दईए कि SGPC गुरुद्वारा श्रोमणी प्रबंधक कमेटी वालों जिहड़ा कि इस टाइम मौके ते कल उन्हां दे धामी साहब प्रेजिडेंट साहब जिहड़े आए सीगे उन्हां वालों मौके ते कहा गया सीगा कि इस टाइम लोकां नूं जिहड़ी भी जरूरत है वह पहले तौर ते देखी जाएगी। सो दोस्तों तुहानूं दस दईए कि इस टाइम श्रोम SGPC ਦੇ ਜਿਹੜੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਵੱਲੋਂ ਲੰਗਰ ਦੀ ਸੇਵਾ ਜਿਹੜੀ ਕੀਤੀ ਗਈ ਹੈ। ਸੋ ਭਾਜੀ ਇਸ ਟਾਈਮ ਤੁਸੀਂ ਇੱਥੇ ਆਏ ਹੋ, ਬਾਬਾ ਜੀ ਕੀ ਕਹਿਣਾ ਤੁਹਾਡਾ ਇੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਤੋਂ ਸਾਡੇ ਮੈਨੇਜਰ ਸਾਹਿਬ ਸਰਦਾਰ ਲਖਵੰਤ ਸਿੰਘ ਜੀ ਜੋ ਪੂਰੀ ਟੀਮ ਦੇ ਨਾਲ ਇੱਥੇ ਆਏ ਆ, ਕਿਉਂਕਿ ਕੱਲ ਪ੍ਰਧਾਨ ਜੀ ਵੱਲੋਂ ਜੋ ਹਦਾਇਤਾਂ ਹੋਈਆਂ ਸੀ ਕਿ ਇੱਥੇ ਇਹ ਜੋ ਬਹੁਤ ਦੁਖਦਾਈ ਘਟਨਾ ਹੋਈ ਆ, ਬੜੇ ਪਰਿਵਾਰ ਬੇਘਰ ਹੋ ਗਏ ਨੇ, ਤੇ ਅੱਜ ਆ ਕੇ ਉੱਥੇ ਲੰਗਰ ਪਾਣੀ ਦੀ ਜੋ ਵੀ ਸੁਵਿਧਾ ਵੇਖ ਕੇ ਉੱਥੇ ਦਾ ਨਾਲ ਸਹਿਯੋਗ ਦਿੱਤਾ ਜਾਏ। ਉੱਥੇ ਨਾਲ ਨਾਲ ਸਾਡੇ ਇੱਥੇ ਜਲੰਧਰ ਦੇ ਜਥੇਦਾਰ ਕੁਲਵੰਤ ਸਿੰਘ ਮੰਨਣ ਉਹਨਾਂ ਵੱਲੋਂ ਵੀ ਸਾਨੂੰ ਹਦਾਇਤਾਂ ਹੋਈਆਂ ਵੀ ਸਮੇਂ ਸਮੇਂ ਨਾਲ ਜਿੱਦਾਂ ਜਿੱਦਾਂ ਇੱਥੇ ਨਾਲ ਸਹਿਯੋਗ ਦੀ ਲੋੜ ਪਏ ਤੇ ਤੁਸੀਂ ਸਾਰੇ ਸਾਰਿਆਂ ਨੇ ਸਹਿਯੋਗ ਦੇਣਾ। ਇਸ ਕਰਕੇ ਸਾਡੇ ਮੈਨੇਜਰ ਸਾਹਿਬ ਪੂਰੀ ਟੀਮ ਦੇ ਨਾਲ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਤੋਂ ਇੱਥੇ ਪਹੁੰਚੇ ਨੇ। ਸਰ ਅੱਜ ਤੁਹਾਡੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਜਿੱਥੇ ਹੀ ਜਦੋਂ ਪ੍ਰੈਜ਼ੀਡੈਂਟ ਸਾਹਿਬ ਆਏ ਸੀਗੇ ਧਾਮੀ ਸਾਹਿਬ, ਉਹਨਾਂ ਵੱਲੋਂ ਇੱਕ ਵਚਨ ਕਹੇ ਗਏ ਸੀਗੇ ਕਿ ਲੋਕਾਂ ਦੇ ਹਿੱਤ ਲਈ ਜੋ ਵੀ ਹੋ ਸਕੇ SGPC ਉਹ ਕਰੇਗੀ। ਸੋ ਹੁਣ ਤੁਸੀਂ ਲੰਗਰ ਲੈ ਕੇ ਆਏ ਹੋ, ਤੇ ਜੇ ਗੱਲ ਕਰੀਏ ਇਹ ਰੈਗੂਲਰ ਚੱਲਦਾ ਰਹੇਗਾ ਜੀ ਹੁਣ? ਬਿਲਕੁਲ ਜੀ, ਜਿੱਦਾਂ ਜਿੱਦਾਂ ਇੱਥੇ ਲੋੜ ਪਏਗੀ ਅਸੀਂ ਹਰ ਵੇਲੇ ਇੱਥੇ ਹਾਜ਼ਰ ਹਾਂ। ਨਹੀਂ, ਇਹ 24 ਘੰਟੇ ਅਵੇਲੇਬਲ ਹੈ? 24 ਘੰਟੇ ਅਵੇਲੇਬਲ ਰਹੇਗਾ ਜੀ। ਜੀ, ਤੋ ਸਰ ਹੋਰ ਕਿਹੜੀਆਂ ਐਸੀਆਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਿ ਇੱਥੇ ਲੋਕਾਂ ਨੂੰ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਕਿ SGPC ਵੱਲੋਂ ਕਿ ਉਹਨਾਂ ਨੂੰ ਫੁਲਫਿਲ ਕੀਤਾ ਜਾਏਗਾ? ਜਿੱਦਾਂ ਜਿੱਦਾਂ ਵੀ ਕੋਈ ਜ਼ਰੂਰਤ ਲੋੜ ਹੋਏਗੀ ਸਾਡੇ ਮੈਨੇਜਰ ਸਾਹਿਬ ਜੀ ਨਾਲ ਆਏ ਨੇ, ਇਹ ਜੋ ਵੀ ਇੱਥੇ ਦੀਆਂ ਲੋੜਾਂ ਅੱਗੇ ਪ੍ਰਧਾਨ ਜੀ ਨਾਲ ਗੱਲ ਕਰਕੇ ਜੋ ਵੀ ਇੱਥੇ ਉਹ ਕਰ ਸਕਦੇ ਹੋਣਗੇ ਨਾਲ ਪੂਰੀ ਜੋ ਸਹਿਯੋਗ ਦੇਣਗੇ। ਸਰ ਲੰਗਰ ਵੀ ਲਵਾ ਲਿਆ, ਲੋਕਾਂ ਦੇ ਰਹਿਣ ਦਾ ਵੀ ਪ੍ਰਬੰਧ ਹੋ ਚੁੱਕਾ ਹੈ ਕਿਤੇ ਨਾ ਕਿਤੇ ਦੇਖਿਆ ਜਾਵੇ। ਸੋ ਇੱਕ ਲੜਾਈ ਜਿਹੜੀ ਇਸ ਟਾਈਮ ਲਗਾਤਾਰ ਲੜੀ ਜਾ ਰਹੀ ਹੈ ਉਹਨੂੰ ਦੇਖਦੇ ਹੋਏ ਕਿ SGPC ਇਹਨਾਂ ਨੂੰ ਲੀਗਲੀ ਤੌਰ ਤੇ ਵੀ ਸਪੋਰਟ ਦੇ ਰਹੀ ਹੈ? ਬਿਲਕੁਲ ਜੀ, ਜੋ ਵੀ ਇਹਨਾਂ ਨੂੰ ਜ਼ਰੂਰਤ ਆ ਇਸ ਕਰਕੇ ਪ੍ਰਧਾਨ ਜੀ ਆਏ ਸੀ। ਨਹੀਂ ਸਰ, ਮੇਰਾ ਕੁਐਸਚਨ ਸ਼ਾਇਦ ਤੁਸੀਂ ਸਮਝੇ ਨਹੀਂ ਕਿ ਲੀਗਲੀ ਤੌਰ ਤੇ ਵੀ SGPC ਨਾਲ ਦੇ ਰਹੀ ਹੈ ਇਹਨਾਂ ਨੂੰ? ਨਹੀਂ ਜੀ, ਹਾਲੇ ਉਹ ਨਹੀਂ ਹੈਗੀ ਗੱਲ ਕੋਈ ਵੀ, ਹਾਲੇ ਲੰਗਰ ਦੀ ਆ ਸੇਵਾ, ਤੁਸੀਂ ਇਹੀ ਇਹਨਾਂ ਨੂੰ ਜੋ ਠੰਡ ਦੇ ਤੌਰ ਤੇ ਕਮਰਾਂ ਦੀ ਆ ਉਹ ਇਹਨਾਂ ਨੂੰ ਬੇਨਤੀ ਕੀਤੀ ਆ ਤੇ ਉਹ ਹੋਊਗਾ। ਬਾਕੀ ਇਹ ਆ ਜਿੱਦਾਂ ਜਿੱਦਾਂ ਲੋੜ ਹੋਊਗੀ ਉਹਦੇ ਮੁਤਾਬਕ ਜਾ ਕੇ ਗੱਲ ਕਰਨਗੇ ਤੇ ਉਹਦੇ ਹਿਸਾਬ ਨਾਲ ਸਹੂਲਤਾਂ ਪੂਰੀ ਕਰਾਂਗੇ। ਕਿਉਂਕਿ ਇਹ ਵੀ ਖੜੇ ਆ ਨਾਲ ਸ਼੍ਰੋਮਣੀ ਗੱਡੀ, ਬਾਕੀ ਸਾਰੀਆਂ ਜਥੇਬੰਦੀਆਂ ਖੜੀਆਂ, ਅਸੀਂ ਲਖੋਵਾਲ ਯੂਨੀਅਨ ਵੱਲੋਂ ਮੀਤ ਪ੍ਰਧਾਨ ਮੈਂ ਜ਼ਿਲ੍ਹੇ ਦਾ ਤੇ ਬਾਬਾ ਸਿਕਿੰਦਰ ਸਿੰਘ ਆ ਪ੍ਰੈਸ ਸਕੱਤਰ ਵਾ ਲਖੋਵਾਲ ਯੂਨੀਅਨ ਵੱਲੋਂ। ਇਸ ਕਰਕੇ ਅਸੀਂ ਸਾਰੀਆਂ ਯੂਨੀਅਨਾਂ, ਸਾਰੀਆਂ ਸ਼੍ਰੋਮਣੀਆਂ ਕਮੇਟੀਆਂ, ਸਾਰੀਆਂ ਬਾਕੀ ਸੰਸਥਾ ਅਸੀਂ ਇਹਨਾਂ ਲੋਕਾਂ ਨਾਲ ਖੜੇ ਹਾਂ। ਜਿੰਨਾ ਚਿਰ ਇਹਨਾਂ ਦੇ ਘਰ ਨਹੀਂ ਬਣਦੇ, ਘਰ ਵੀ ਇੱਥੇ ਬਣਨਗੇ, ਉਹਨਾਂ ਜਦੋਂ ਪਛਾਣ ਨਹੀਂ ਛੱਡਾਂਗੇ, ਇੱਧਰੋਂ ਰੋਟੀ ਲੰਗਰ ਪਾਣੀ ਦਾ ਵੀ ਪੂਰੀ ਸੇਵਾ ਹੁੰਦੀ ਰਹੂਗੀ। ਬਾਕੀ ਇਹਨਾਂ ਦੇ ਕਮਰਾਂ ਦੀ ਇਹੀ ਜੋ ਬੇਨਤੀ ਕੀਤੀ ਆ ਇਹ ਜਾ ਕੇ ਗੱਲ ਕਰਨਗੇ, ਉਹ ਵੀ ਲਿਆ ਕੇ ਮੁਹੱਈਆ ਕਰਾਉਣਗੇ। ਸ਼੍ਰੋਮਣੀ ਕਮੇਟੀ ਕੋਈ ਘਾਟਾ ਨਹੀਂ, ਸ਼੍ਰੋਮਣੀ ਕਮੇਟੀ ਦਾ ਦੁਨੀਆ ਦਾ ਢਿੱਡ ਪਾੜ ਦੇਵੇ, ਇੰਨਾ ਕੁ ਸਾਡੇ ਕੋਲ ਪੈਸਾ ਸ਼੍ਰੋਮਣੀ ਕਮੇਟੀ ਕੋਲ। ਸਰ ਜੇ ਇੰਨੇ ਹੀ ਪੈਸੇ ਦੀ ਤੁਸੀਂ ਗੱਲ ਕਰਦੇ ਹੋ, ਜਿੰਨਾ ਪੈਸਾ ਇੱਥੇ ਲੱਗਦਾ ਹੈ ਤੇ ਕਿਉਂ ਨਾ ਇੱਥੇ ਹੀ ਉਹਨਾਂ ਦਾ ਪੈਸਾ ਪੇ ਕਰਕੇ ਲੋਕਾਂ ਨੂੰ ਦੇ ਦਿੱਤੇ ਜਾਣ? ਜੇ ਉਹਦੀ ਜ਼ਰੂਰਤ ਪਊਗੀ ਉਹ ਵੀ ਸ਼੍ਰੋਮਣੀ ਕਮੇਟੀ ਕੋਲ ਇਹ ਗੱਲ ਰੱਖਾਂਗੇ ਜੋ ਕਰਨਾ ਇਹਨਾਂ ਦਾ ਕਰਨਾ ਹੋਵੇ ਇੱਥੇ ਹੀ, ਕਿਉਂਕਿ ਲੋਕਾਂ ਦੇ ਘਰ ਨੇ, ਲੋਕ ਇੱਥੇ ਰਹਿੰਦੇ ਨੇ, 70 ਸਾਲ ਹੋ ਚੁੱਕੇ ਨੇ ਤੇ ਸ਼੍ਰੋਮਣੀ ਕਮੇਟੀ ਜੇ ਤੁਹਾਡੇ ਵਚਨਾਂ ਦੇ ਹਿਸਾਬ ਨਾਲ ਇੱਦਾਂ ਕਰ ਸਕਦੀ ਹੈ ਤੇ ਕਿਉਂ ਨਾ ਉਹਨਾਂ ਦੇ ਅੱਗੇ ਇਹ ਪੱਖ ਤੁਹਾਡਾ ਵੀ ਰੱਖਿਆ ਜਾਵੇ? ਆਪਾਂ ਸਾਰੀਆਂ ਸੰਸਥਾ ਇਕੱਠੀਆਂ ਹੋ ਕੇ ਕਿਉਂ ਨਾ ਗੌਰਮੈਂਟ ਤੋਂ ਇਹਨਾਂ ਨੂੰ ਹੱਕ ਦਵਾਇਆ ਜਾਏ। ਪਹਿਲੀ ਗਲਤੀ ਸਰਕਾਰ ਦੀ ਆ, ਸਰਕਾਰ ਆਪਣੀ ਗਲਤੀ ਮੰਨੂਗੀ,
ਉਹਦੇ ਉੱਤੇ ਵਿਚਾਰ ਕੀਤਾ ਜਾਊਗਾ ਜੀ। ਗਲਤੀ ਮੰਨ ਕੇ ਉਹ ਦੇਖੇਗੀ ਵੀ ਅਸੀਂ ਇਹ ਬਿਲਕੁਲ ਉਹਦਾ ਨਾ ਕਿ ਗਲਤ ਕੀਤਾ ਆ ਇਹਨਾਂ ਲੋਕਾਂ ਦਾ ਇਨਸਾਫ ਦੀ ਆ ਨਾ ਇਸ ਮਹੀਨੇ ਦੇ ਵਿੱਚ ਗਲਤ ਕੀਤਾ ਇਹਨਾਂ ਨੇ ਇਹੋ ਜਿਹਾ ਨਾ ਕਿ ਹਕਮਰਾਜ ਸਰਕਾਰਾਂ ਹੋਰਾਂ ਨੇ ਨਹੀਂ ਕੀਤਾ ਜਿਹਨਾਂ ਨੇ ਕੀਤਾ ਸੀ ਉਹਨਾਂ ਦਾ ਹਾਲਤ ਦੇਖ ਲਓ ਕੀ ਹੋਈ ਹੈ। ਇਹਦੇ ਵਿੱਚ ਇਹ ਨਵੀਂ ਆਈ ਹੈ ਸਰਕਾਰ ਪਹਿਲਾਂ ਤਿੰਨ ਸਰਕਾਰਾਂ ਰਹੀਆਂ ਬੀਜੇਪੀ ਰਹੀ ਆ ਅਕਾਲੀ ਦਲ ਰਿਹਾ ਕਾਂਗਰਸ ਰਹੀ ਆ ਉਹਨਾਂ ਨੇ ਤਾਂ 17 ਸਾਲਾਂ ਚ ਘੱਟ ਆਏ ਨਾ ਉਦੋਂ ਵੀ ਇਹਨਾਂ ਕੋਲ ਸੀ ਸਾਰਾ ਕੁਛ ਗਵਰਨਮੈਂਟ ਉਦੋਂ ਵੀ ਬਣਿਆ ਅੱਜ ਤਾਂ ਨਵਾਂ ਉਹਨੂੰ ਹਾਲੇ ਪਤਾ ਨਹੀਂ ਗਵਰਨਮੈਂਟ ਹੁੰਦਾ ਕੀ ਆ। ਸਰ ਜੇ ਗੱਲ ਕਰੀਏ ਗਰੀਬ ਲੋਕ ਜਿਹੜੇ ਇੱਥੇ ਰਹਿ ਰਹੇ ਸੀਗੇ ਕੁਛ ਲੋਕ ਠੀਕ ਹੈ ਅੱਛੀ ਫੈਮਿਲੀ ਨੂੰ ਵੀ ਬਿਲੋਂਗ ਕਰਦੇ ਸੀ ਲੇਕਿਨ ਦੇਖਿਆ ਜਾਵੇ 200-300 ਬੰਦਾ ਜਿੱਥੇ ਲਤੀਫਪੁਰੇ ਦਾ ਤੇ ਉਹਦੇ ਵਾਸਤੇ 3 ਜ਼ਿਲ੍ਹਿਆਂ ਦੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਜੋਰ ਜਮੈਸ਼ ਨੇ ਇੱਥੋਂ ਲੈ ਕੇ ਗਏ। ਬਿਲਕੁਲ ਤੁਹਾਡੀ ਗੱਲ ਦਰੁਸਤ ਆ ਉਹਨਾਂ ਨੇ ਬਹੁਤ ਇਹ ਧੱਕਾ ਕੀਤਾ ਥੋੜਾ ਨਹੀਂ ਧੱਕਾ ਕੀਤਾ ਰਾਤ ਦੇ ਨਹਿਰੇ ਦੇ ਵਿੱਚ ਆ ਕੇ ਠੰਡ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਹਨੇ ਘਰੋਂ ਬੇਘਰ ਕਰ ਦਿੱਤਾ ਜੋ ਇਹ ਨਿੰਦਣ ਯੋਗ ਆ ਅਸੀਂ ਉਹਨੂੰ ਚੰਗਾ ਨਹੀਂ ਕਹਿੰਦੇ ਇਹ ਸਰਕਾਰਾਂ ਨੂੰ ਉਸ ਚੀਜ਼ ਦਾ ਮੁੱਲ ਤਾਰਨਾ ਪਊਗਾ ਇਹ ਜਿਹੜੀ ਸੰਗਤ ਆ ਖੜੀ ਆ ਸ਼੍ਰੋਮਣੀ ਕਮੇਟੀ ਖੜੀ ਆ ਬਾਕੀ ਸੰਸਥਾ ਖੜੀਆਂ ਖੜੀਆਂ ਜਥੇਬੰਦੀਆਂ ਖੜੀਆਂ ਤੇ ਇਸ ਕਰਕੇ ਇਹਨਾਂ ਨਾਲ ਅਸੀਂ ਮੂੰਹ ਤੋੜ ਜਵਾਬ ਦੇ ਸਾਰੀਆਂ ਸੰਸਥਾਵਾਂ ਸਰ ਸਾਰੀਆਂ ਸਰਕਾਰਾਂ ਆਈਆਂ ਅਕਾਲੀ ਦਲ ਵੀ ਰਹੀ ਆ ਕਾਂਗਰਸ ਵੀ ਰਹੀ ਆ ਲੇਕਿਨ ਉਹਨਾਂ ਵੱਲੋਂ ਕਾਰਵਾਈ ਨਹੀਂ ਹੋਈ। ਕੁਛ ਦਿਨ ਹੋਏ ਕੁਛ ਦਿਨ ਜੇ ਗੱਲ ਕੀਤੀ ਜਾਵੇ ਚੇਅਰਮੈਨ ਸਾਹਿਬ ਨੂੰ ਆਏ ਨੂੰ ਮਹੀਨਾ ਵੀ ਮੇਰੇ ਖਿਆਲ ਨਾਲ ਸ਼ਾਇਦ ਪੂਰਾ ਉੱਤੇ ਥੱਲੇ ਹੋ ਸਕਦਾ ਹੈ ਥੋੜੇ ਹੀ ਦਿਨ ਹੋਏ ਸੀ ਚੇਅਰਮੈਨ ਸਾਹਿਬ ਨੂੰ ਆਏ ਨੂੰ ਇੰਪਰੂਵਮੈਂਟ ਟਰੱਸਟ ਦੇ ਔਰ ਆਮ ਆਦਮੀ ਪਾਰਟੀ ਸਰਕਾਰ ਤੁਹਾਨੂੰ ਪਤਾ ਲਗਾਤਾਰ ਜਿਹੜੀ ਕਿ ਹਾਲੇ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਆਉਂਦੇ ਹੀ ਇੰਨਾ ਐਗਰੈਸਿਵ ਵੇ ਚ ਉਹਨਾਂ ਨੇ ਤੋੜਨ ਦੱਸ ਦੇ ਪਤਾ ਹੀ ਨਹੀਂ ਹਾਲੇ ਸਰਕਾਰ ਚਲਾਉਣ ਦਾ ਤੇ ਸਰਕਾਰਾਂ ਜਿਹੜੇ ਨਾ ਆਮ ਆਦਮੀ ਪਾਰਟੀ ਕੋਲ ਵੀ ਆਏ ਹੋ ਨਾ ਉਹ ਕਦੇ ਇਹਨਾਂ ਦੇ ਨਹੀਂ ਹੈਗੇ ਦੁੱਧ ਧੁੱਤੇ ਨਹੀਂ ਹੈਗੇ ਉਹ ਵੀ ਦੂਜੀਆਂ ਪਾਰਟੀਆਂ ਚੋਂ ਆਏ ਹੋ ਇਹਨਾਂ ਕੋਲ ਤੇ ਇਹਨਾਂ ਨੂੰ ਇਹ ਨਹੀਂ ਪਤਾ ਹਾਲੇ ਸਰਕਾਰ ਚੱਲਣੀ ਕਿੱਦਾਂ ਵਾ ਕਿੱਦਾਂ ਚਲਾਉਣੀ ਆ ਇਹਨਾਂ ਉਹਨਾਂ ਦੇ ਤਿੰਨਾਂ ਸਰਕਾਰਾਂ ਨੇ ਅੱਗੇ ਤਾਂ ਮਕਾਨ ਢਾਏ ਨਾ ਉਦੋਂ ਵੀ ਇੰਪਰੂਵਮੈਂਟ ਆ ਸੀਗਾ ਤੇ ਇਹਨਾਂ ਨੂੰ ਆਉਂਦਿਆਂ ਨੂੰ ਇਹ ਪੈ ਗਈ ਜਿਹੜੇ ਹੈਗੇ ਆ ਪ੍ਰੋਪਰਟੀ ਡੀਲਰ ਉਹਨਾਂ ਨੇ ਇਹਨਾਂ ਦੇ ਖਾਨੇ 'ਚ ਫੂਕ ਮਾਰੀ ਆ ਉਹਨਾਂ ਨੂੰ ਗੁੰਮਰਾਹ ਕਰ ਲਿਆ ਇਹ ਪੈਸੇ ਦੇ ਲਾਲਚ 'ਚ ਫਸ ਗਏ ਆ ਇਹਨਾਂ ਲੋਕਾਂ ਦਾ ਘਾਟਾ ਕੇ ਫਿਰ ਇੱਦਾਂ ਹੋ ਜਾਊਗਾ ਇਹ ਤਾਂ ਫਸ ਗਏ ਆ ਕਬੂਤੇ ਫਸ ਗਏ ਆ ਹੁਣ ਇਹਨਾਂ ਦੀ ਜਾਨ ਨਹੀਂ ਛੁੱਟਦੀ ਇਹ ਮਿੰਨਤਾਂ ਕਰਦਾ ਫਿਰਦਾ ਚੇਅਰਮੈਨ ਵੀ ਮੈਂ ਤੁਹਾਨੂੰ ਫਲੈਟ ਦਿੰਦਾ ਕਿਉਂ ਫਲੈਟ ਲੈਣਗੇ ਸਰ ਇਹਨਾਂ ਦੇ ਇਹਨਾਂ ਵੱਲੋਂ ਇੱਕ ਇਹ ਵੀ ਗੱਲ ਕੀਤੀ ਗਈ ਆ ਕਿ 2 BHK ਫਲੈਟਾਂ ਨੂੰ ਲਗਾਤਾਰ ਇਹਨਾਂ ਨੂੰ ਦਿੱਤਾ ਜਾਏਗਾ ਇਹਨਾਂ ਨੂੰ ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਨਾ ਕਿ ਕਿਰਾਏਦਾਰ ਠੀਕ ਹੈ ਜੀ ਕਈਆਂ ਨੇ ਆਪਣੇ ਕਿਰਾਏ ਤੇ ਚੜਾਏ ਪਏ ਸੀਗੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਰਾਇਆ ਖਾਧਾ ਭਾਵੇਂ ਉਹ ਰਹਿਣ ਵਾਲੇ ਇੱਥੇ ਦੇ ਸੀਗੇ ਲੇਕਿਨ ਉਹਨਾਂ ਨੇ ਕਿਰਾਇਆ ਖਾਧਾ ਹੁਣ ਇੱਥੇ ਦੇ ਲੋਕਾਂ ਨੂੰ ਅਲੋਟਮੈਂਟ ਜਿਹੜੀ 2 BHK ਫਲੈਟਾਂ ਦੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਦੇਖੋ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਇਹਨਾਂ ਅਲੋਟਮੈਂਟ ਦੀ ਪੇਸ਼ ਕਰਨੀ ਸੀ ਇਹਨਾਂ ਨਾਲ ਪਹਿਲਾਂ ਮੀਟਿੰਗ ਕਰਦੇ ਮੀਟਿੰਗ ਕਰਕੇ ਇਹਨਾਂ ਨਾਲ ਗੱਲਬਾਤ ਕਰਦੇ ਫਿਰ ਇਹਨਾਂ ਨੂੰ ਆਪਣੇ ਭਰੋਸੇ 'ਚ ਲੈਂਦੇ ਫਿਰ ਵੀ ਇਹ ਮੰਨਦੇ ਜਾਂ ਨਾ ਮੰਨਦੇ ਇਹਨਾਂ ਦੀ ਮਰਜ਼ੀ ਸੀ ਤੇ ਇਹਨਾਂ ਨੇ ਮਕਾਨ ਢਾ ਕੇ ਘਰੋਂ ਛੱਤਾਂ ਢਾ ਕੇ ਤਾਂ ਇਹ ਪੇਸ਼ਕਸ਼ ਕਰਨੀ ਸੀ ਇਹ ਤਾਂ ਬਹੁਤ ਮੰਦਭਾਗੀ ਆ ਔਰ ਸ਼ਰਮਸਾਰ ਘਟਨਾ ਇਹਨਾਂ ਦੀ ਆ ਇਹਨਾਂ ਦੀ ਸੋਚ ਦੀ ਜਿਹੜੇ ਸਰਕਾਰ ਆ ਇਹਨੇ ਇੰਨੀ ਸ਼ਰਮਸਾਰ ਸਰਕਾਰ ਕੋਈ ਹੋ ਹੀ ਨਹੀਂ ਸਕਦੀ ਆਪਣੇ ਪੰਜਾਬੀਆਂ ਦੇ ਘਾਟਾ ਉੱਤੇ ਜਿਹਨਾਂ ਨੂੰ ਇਹ ਕਹਿੰਦੇ ਇਹ ਸਾਡੀ ਸਰਕਾਰ ਵਾ ਸਾਡੇ ਗਰੀਬਾਂ ਦੀ ਸਰਕਾਰ ਵਾ ਇਹ ਲੋਕਾਂ ਦੀ ਸਰਕਾਰ ਆ ਕੋਈ ਮੁਜ਼ਾਹਰਾ ਨਹੀਂ ਹੋਊਗਾ ਕੋਈ ਧਰਨਾ ਨਹੀਂ ਲੱਗੂਗਾ ਇਹਦੇ ਨਿੱਤ ਦੇ ਰਾਤ ਨੂੰ ਵੀ ਧਰਨੇ ਲੱਗਦੇ ਆ ਦਿਨੇ ਵੀ ਧਰਨੇ ਲੱਗਦੇ ਆ। ਸੀਐਮ ਭਗਵੰਤ ਮਾਨ ਵੱਲੋਂ ਸਰ ਸਹੁੰ ਚੱਕੀ ਜਾਂਦੀ ਹੈ ਕਿ ਘਰ ਘਰ ਸੀਐਮ ਹਰ ਬੰਦਾ ਸੀਐਮ ਘਰ ਘਰ ਸੀਐਮ ਤੁਰੇ ਫਿਰਦਾ ਇੱਥੇ ਆ ਦੇਖੋ ਟਾ ਤੱਕ ਸੀਐਮ ਤੁਰੇ ਫਿਰਦਾ ਇੱਥੇ ਪੁਤਲਾ ਫੂਕ ਦਿੱਤਾ ਉਹ ਸੀਐਮ ਦਾ ਉਹ ਵੀ ਲੰਗੜਾ ਬਣਾ ਕੇ ਫੂਕਿਆ ਦੌਲਤਾਂ ਨਹੀਂ ਪੂਰੀਆਂ ਕੀਤੀਆਂ ਕੋਈ ਬਿਆਨਬਾਜੀ ਕਿਉਂ ਨਹੀਂ ਆਈ ਹਲੇ ਤੱਕ ਆਮ ਆਦਮੀ ਪਾਰਟੀ ਵੱਲੋਂ ਬਿਆਨਬਾਜੀ ਕਿਹੜੇ ਮੂੰਹ ਨਾਲ ਦੇਣ ਕੋਈ ਚੰਗਾ ਕੰਮ ਕੀਤਾ ਕੋਈ ਗੋਰਜੀ ਜਿੱਤੀ ਆ ਕੋਈ ਮੈਡਲ ਜਿੱਤਿਆ ਜਿਹੜੀ ਬਿਆਨਬਾਜੀ ਦੇਣੀ ਆ ਇਹ ਤਾਂ ਬਿਸ਼ਰਮੀ ਦੀ ਹੱਦ ਹੁੰਦੀ ਆ ਉਹ ਤਾਂ ਉਹਦੇ 'ਚ ਡੁੱਬਿਆ ਫਿਰਦਾ ਇਹਨਾਂ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਜਿਹੜਾ ਸਾਡਾ ਚੇਅਰਮੈਨ ਵੀ ਆ ਨਵਾਂ ਨਵਾਂ ਸਾਡਾ ਭਾਈ ਬੰਦੇ ਆ ਪਰ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਸਰ ਕਿਤੇ ਨਾ ਕਿਤੇ ਦੇਖਿਆ ਗਿਆ ਹੈ ਕਿ ਗੁਜਰਾਤ ਤੇ ਹਿਮਾਚਲ ਹੱਥੇ ਤਾਂ ਚੜਿਆ ਹੀ ਨਹੀਂ ਉਹ ਸਾਡੇ ਠੀਕ ਹੈ ਤੇ ਪੈਸਾ ਸਾਰਾ ਇੱਥੋਂ ਚੱਕ ਕੇ ਉਧਰ ਲੈ ਕੇ ਗਿਆ ਜਿਆਦਾ ਪੈਸਾ ਤਾਂ ਗਿਆ ਨਾ ਕਾਜਾ ਸਾਡੇ ਸਿਰੇ ਉਹ ਜੇ ਆਹੀ ਲੋਕਾਂ ਨੂੰ ਜੇ ਘਰ ਪਾ ਦਿੱਤੇ ਜਾਂਦੇ ਉਹਨਾਂ ਦਾ ਬੜਿਓ ਦੀ ਟੋਣੇ ਕਾਹਨੂੰ ਸੀ ਉਹ ਤਾਂ ਬੈਠੇ ਸੀ ਆਰਾਮ ਨਾਲ ਉਹਨੇ ਤਾਂ ਕੋਈ ਮੰਗਦੇ ਥੋੜੋ ਸੀ ਜਿਹੜਾ ਭਈਆ ਇੱਥੇ ਆ ਕੇ 10 ਸਾਲ 5 ਸਾਲ ਰੇੜੀ ਲਾ ਲੈਂਦਾ ਉਹਨੂੰ ਉੱਥੇ ਜਗ੍ਹਾ ਤੇ ਠਾਲਣ ਲਈ ਉਹਨੂੰ ਜਾ ਕੇ ਜਗ੍ਹਾ ਲੈ ਕੇ ਦਿੰਦੇ ਆ ਉਹਨੂੰ ਦੁਕਾਨ ਦੀ ਬਣਾ ਕੇ ਦਿੰਦੇ ਆ ਇਹ ਤਾਂ ਜਿਹੜੇ ਬੈਠੇ ਸੀ ਆਪਣੇ ਘਰ ਬਣਾ ਕੇ ਬੈਠੇ ਸੀ ਉਹਨਾਂ ਨੂੰ ਉਜਾੜ ਦਿੱਤਾ ਇਹਨਾਂ ਨੇ ਇਹ ਤਾਂ ਭਈਆ ਨੂੰ ਵੀ ਮਾੜੇ ਸਮਝ ਲੈ ਸਰਦਾਰਾਂ ਨੂੰ ਇਹਨਾਂ ਨੂੰ ਗਾਂ ਨੇ ਇਲੈਕਸ਼ਨ ਲੜਨੀ ਆ ਤਾਂ ਹੋਣਾ ਹੀ ਆ ਲੋਕਾਂ ਦੇ ਵਿੱਚ ਇਹਨਾਂ ਪਤਾ ਲੱਗ ਜਾ ਹੁਣ ਲੜਨੀ ਆ ਆਪਣੀ ਕੌਂਸਲਰ ਦੀ ਇਲੈਕਸ਼ਨ ਉਹਨਾਂ ਜਿਹਨੂੰ ਪਤਾ ਲੱਗ ਜਾਣਾ ਫਿਰ ਆਟੇ ਦਾਣੇ ਦਾ ਭਾਅ ਕੀ ਹੁੰਦਾ। ਸਰ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਜਿੱਤੂਗੀ ਉਹ ਆਮ ਆਦਮੀ ਪਾਰਟੀ ਨੇ ਜਿਹੜਾ ਚੰਦ ਚਾੜਨਾ ਚਾੜ ਦਿੱਤਾ
ਉਹ ਤੁਰੀ ਨਹੀਂ ਬਾਬਾ ਥਿਆਈ ਉਹ ਗੱਲ ਇਹਨਾਂ ਦੀ ਆ ਸਰ ਤੁਸੀਂ ਕਦੀ ਬੀਬੀ ਭਾਨੀ ਜਿੱਥੇ ਇਹਨਾਂ ਨੇ ਭੇਜੇ ਆ ਜਾਂ ਅਲਾਟਮੈਂਟ ਹੋਈ ਆ ਕਦੀ ਗਏ ਉੱਥੇ ਅਸੀਂ ਨੇ ਗਏ ਉਹ ਜਾਂਦਾ ਹੀ ਨਹੀਂ ਉੱਥੇ ਡੱਬੀ ਆ ਮੈਂ ਕਿ ਉੱਥੇ ਰਹਿੰਦੇ ਆ ਉਹਨਾਂ ਦੀਆਂ ਨੇ ਜੇਬਾਂ ਕਢਾਉਣੀਆਂ ਇਹਨਾਂ ਲੋਕਾਂ ਦੀਆਂ ਬਾਕੀਆਂ ਦੀ ਜੇ ਗੱਲ ਕੀਤੀ ਜਾਵੇ ਇਸ ਜਗ੍ਹਾ ਦੇ ਵਿੱਚ ਕਈਆਂ ਦੇ ਬਾਈ ਬਾਈ ਮਰਲੇ ਘਰ ਆ ਕਈਆਂ ਦੇ ਦਸ ਦਸ ਪੰਦਰਾਂ ਪੰਦਰਾਂ ਮਰਲੇ ਘਰ ਆ ਜੇ ਮਿੰਤੀ ਦੀ ਗੱਲ ਕਰੀਏ ਪੰਜ ਪੰਜ ਦਸ ਦਸ ਕਰੋੜ ਦਾ ਉਹ ਘਰ ਬਣ ਜਾਂਦਾ ਠੀਕ ਹੈ ਤੇ ਜਿੱਥੇ ਦਿੱਤਾ ਜਾ ਰਿਹਾ ਇਹਨਾਂ ਵੱਲੋਂ ਜਿਹੜੇ ਫਲੈਟਸ ਦਿੱਤੇ ਜਾ ਰਹੇ ਨੇ ਉਹ ਪੰਜ ਪੰਜ ਲੱਖ ਰੁਪਏ ਦੇ ਆ ਇਹ ਜਸਟੀਫਾਈ ਕਰਦੇ ਨੇ ਇਸ ਚੀਜ਼ ਨੂੰ ਬਿਲਕੁਲ ਨਹੀਂ ਕਰਦੇ ਨਾ ਇਹਨਾਂ ਲੋਕਾਂ ਨੇ ਜਾਣਾ ਨਾ ਹੀ ਇਹਨਾਂ ਨੂੰ ਜਾਣ ਦੇਣਾ ਇੱਕ ਦ੍ਰਿੜਤਾ ਵਾ ਸਾਰੀਆਂ ਜਥੇਬੰਦੀਆਂ ਇਹਨਾਂ ਨਾਲ ਖੜੀਆਂ ਸਾਰੀਆਂ ਸੰਸਥਾ ਇਹਨਾਂ ਨਾਲ ਖੜੀਆਂ ਵਾ ਇਹ ਘਰ ਇੱਥੇ ਹੀ ਬਣ ਗਏ ਇਹ ਲੋਕ ਇੱਥੇ ਹੀ ਰਹਿਣ ਗਏ ਇਹਨਾਂ ਦੇ ਮੂੰਹ ਤੇ ਚਪੇੜ ਲੱਗੂਗੀ ਇਹ ਲੋਕ ਬਥੇ ਆ ਇਹ ਸਰਦਾਰਾਂ ਲੋਕਾਂ ਨੂੰ ਜਾੜ ਗੁਜਰਾਤ ਆ ਉਹ ਵੀ ਸਰਦਾਰਾਂ ਨੂੰ ਜਾੜਦਾ ਜੇ ਇੱਧਰ ਚੱਲ ਜਾਓ ਆਪਣੇ ਸਾਹਮਣੇ ਵੱਲ ਚੱਲ ਜਾਓ ਉਹ ਗੁਰਦੁਆਰਾ ਡੰਗ ਸਪਾਰ ਵਾ ਉੱਥੇ ਵੀ ਸਰਦਾਰਾਂ ਨੂੰ ਜਾੜਦੇ ਆ ਜਿਹੜੀ ਸਰਕਾਰ ਵਾ ਜਿਹੜੀ ਸਰਦਾਰਾਂ ਦੇ ਹੱਕ 'ਚ ਹੈਗੀ ਆ ਇਹਦਾ ਵੋਟਾਂ ਪਾ ਕੇ ਇਹਨੂੰ ਗੁਨਾਹ ਕਰ ਲਿਆ ਸਰ ਕਿਤੇ ਨਾ ਕਿਤੇ ਦੇਖਿਆ ਜਾਵੇ ਅਸੀਂ 2% ਆ ਠੀਕ ਹੈ ਤੇ ਅਸੀਂ 2% ਨੇ ਹੀ ਜਾ ਕੇ ਉੱਥੇ ਦਿੱਲੀ ਜਿੱਤ ਕੇ ਆ ਗਏ ਆ ਤੇ ਤੁਹਾਨੂੰ ਲੱਗਦਾ ਐਤਕੀ ਆਪਾਂ ਫਤਿਹ ਕਰਾਂਗੇ ਅਸੀਂ ਫਤਿਹ ਕਰਾਂਗੇ ਮੋਢਾ ਸਾਡਾ ਫਤਿਹ ਹੋਊਗਾ 2% ਨਾ ਸਮਝੋ ਸਰਕਾਰਾਂ ਝੁੱਕ ਕੇ ਰਹਿਣਗੀਆਂ ਜੇ ਲੈ ਔਰੰਗਜ਼ੇਬ ਦਾ ਰਾਜ ਸੀ ਜੇ ਲੈ ਉਹ ਜਨੌਊ ਸਵਾਵਾਂ ਤਾਰ ਕੇ ਰੋਟੀ ਖਾਂਦਾ ਸੀ ਤੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਜੰਗਾਂ ਰਹਿ ਕੇ ਪੱਤੇ ਖਾ ਖਾ ਜੀਂਦੇ ਸੀ ਤੇ ਉਹ ਆਉਂਦੇ ਸੀ ਆ ਕੇ ਕਰਕੇ ਇਹਨਾਂ ਦਾ ਕੰਮ ਚੱਲ ਜਾਂਦੇ ਸੀ ਹੁਣ ਤਾਂ ਵੰਡ ਦੇ ਵਿੱਚ ਸਿੱਖ ਵਾ ਇਹ ਮਤ ਸੋਚੋ 2% ਵਾਲੀ ਗੱਲ ਛੱਡੋ ਅਸੀਂ 2% ਹੀ ਬਹੁਤ ਇਹ ਤਾਂ ਵੰਡ ਨਾਲ ਪੰਗਾ ਲੈ ਲਈਏ ਇਹ ਤਾਂ ਹੈ ਚੀਜ਼ ਕੱਖ ਨਹੀਂ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਜਦੋਂ ਏਦਾਂ ਦੀ ਘਟਨਾ ਹੁੰਦੀ ਨਾ ਤੇ ਮੈਂ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਸਿਰਫ ਆਪਣੀਆਂ ਵੀਡੀਓ ਤੱਕ ਨਾ ਰਹਿਣ ਇੱਥੇ ਸੱਚ ਦਾ ਸਾਥ ਦੇਣ ਕਿਉਂਕਿ ਜੇ ਮੀਡੀਆ ਨਾਲ ਸਿੱਧਾ ਹੋ ਜੇ ਤੇ ਕੀ ਨਹੀਂ ਹੋ ਸਕਦਾ ਸਰ ਜਿਸ ਦਿਨ ਇੱਥੇ ਕਾਰਵਾਈ ਕੀਤੀ ਜਾਣੀ ਸੀ ਨਾ ਉਸ ਤੋਂ ਪਹਿਲੀ ਰਾਤ ਸਵੇਰੇ ਕਾਰਵਾਈ ਹੋਣੀ ਸੀ ਸਾਡੇ ਵੱਲੋਂ ਸਾਡੇ ਹੌਟ ਨਿਊਜ਼ ਇੰਡੀਆ ਵੱਲੋਂ ਮੈਂ ਆ ਕੇ ਇੱਥੇ ਖੜ ਗਿਆ ਸੀ ਜੀ ਪੂਰੀ ਰਾਤ ਇੱਥੇ ਕੱਟੀ ਆ ਉਸ ਦਿਨ ਦੀ ਜਾ ਕੇ ਕੱਟੀ ਆ ਦਾ ਧੰਨਵਾਦ ਅਸੀਂ ਤੁਹਾਡਾ ਕਰਦੇ ਹਾਂ ਠੀਕ ਹੈ ਇਸ ਕਰਕੇ ਬਾਕੀ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਸਾਡੀ ਮੀਡੀਆ ਇਕਜੁੱਟ ਹੋ ਕੇ ਇਨਸਾਫ ਜ਼ੋਨ ਤੇ ਆ ਜੇ ਨਾ ਤੇ ਤੁਸੀਂ ਵੀ ਮੀਡੀਆ ਵਾਲੇ ਹੋ ਤੁਸੀਂ ਵੀ ਇੱਕ ਗੱਲ ਦੱਸੋ ਜਦੋਂ ਤੁਸੀਂ ਇੱਥੇ ਆਏ ਆ ਪ੍ਰਸ਼ਾਸਨ ਨੇ ਤੁਹਾਡੇ ਨਾਲ ਕਿਹੋ ਜਿਹਾ ਰੱਖਿਆ ਵੇ ਸਰ ਸਾਡੇ ਨਾਲ ਚਲੋ ਜੋ ਕੀਤਾ ਸੋ ਕੀਤਾ ਨਹੀਂ ਦੱਸੋ ਤੁਸੀਂ ਵੀ ਇਹ ਗੱਲ ਜੋ ਕੀਤਾ ਸੋ ਸਰ ਸਾਡੇ ਨਾਲ ਸਹੀ ਹੋ ਗਿਆ ਉਹ ਤੁਸੀਂ ਵੀ ਜਨਤਾ ਨਾਲ ਇੱਥੇ ਜੋ ਬੇਇਨਸਾਫ ਸਰ ਅਸੀਂ ਸੱਚਾਈ ਇੱਥੇ ਦੀ ਦਿਖਾਉਣ ਆਏ ਆ ਸੱਚਾਈ ਦਿਖਾਉਣ ਆਏ ਤੁਹਾਨੂੰ ਦੱਸ ਦਈਏ ਕਿ ਲੋਕ ਜਦੋਂ ਲੋਕਾਂ ਨੂੰ ਲੈ ਕੇ ਜਾ ਰਹੇ ਸੀਗੇ ਉਸ ਟਾਈਮ ਦੀ ਫੁਟੇਜ ਵੀ ਸਾਹਮਣੇ ਆਉਂਦੀ ਹੈ ਕਿ ਲੋਕਾਂ ਨੂੰ ਏਦਾਂ ਹੀ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਸਾਈਡ ਤੇ ਕੁਝ ਸਾਈਡ ਤੇ ਖੜੇ ਲੋਕਾਂ ਨੂੰ ਵੀ ਜਿਹੜਾ ਲੈ ਕੇ ਆਏ ਸਾਈਡ ਤੇ ਕਰਾਏ ਗਏ ਫਿਰ ਵੀ ਉਹਨਾਂ ਨੂੰ ਜਿਹੜਾ ਕਿ ਲੈ ਕੇ ਗਿਆ ਬਜ਼ੁਰਗਾਂ ਨੂੰ ਉਹਨਾਂ ਨੇ ਫੜਿਆ ਸੀਗਾ ਜੀ ਬੀਬੀਆਂ ਨੂੰ ਫੜ ਕੇ ਲਿਜਾ ਰਹੇ ਸੀ ਉਹਨਾਂ ਦਾ ਕਿਹੋ ਜਿਹਾ ਬਿਹੇਵ ਕਰ ਰਹੇ ਸੀ ਉਹ ਸਰ ਫੇ ਇੱਕ ਗੱਲ ਇਹ ਵੀ ਦੱਸੋ ਜੀ ਕੁਝ ਉੱਚ ਅਧਿਕਾਰੀਆਂ ਵੱਲੋਂ ਗਾਲੀ ਗਲੋਚ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਸਰ ਘਟਨਾ ਸਾਰਿਆਂ ਨੂੰ ਇਹ ਆ ਇੱਕ ਬਹੁਤ ਸੋਝੇ ਹੋਏ ਨੇ ਇਹ ਚੀਜ਼ਾਂ ਸਾਹਮਣੇ ਲਿਆਓ ਵੀ ਇਦਾਂ ਹੋਈ ਆ ਸੋਝੇ ਹੋਏ ਸਰ ਮੀਡੀਆ ਮੌਕੇ ਤੇ ਜਿਹੜੀ ਵੀਡੀਓਜ਼ ਬਣੀਆਂ ਉੱਥੇ ਹੀ ਉਹਨਾਂ ਹੀ ਅਫਸਰਾਂ ਦਾ ਇੰਨੀ ਗੱਲ ਕਹਿਣਾ ਕਿ ਸਾਡੀ ਆਵਾਜ਼ ਹੀ ਨਹੀਂ ਹੈ ਜੀ ਡਬ ਕਰ ਦਿੱਤੀ ਗਈ ਹੈ ਫੜੇ ਹੋਏ ਅਫਸਰ ਨੇ ਸੋਝੇ ਹੋਏ ਅਫਸਰ ਨੇ ਜੋ ਬਿਹੇਵ ਇੱਥੇ ਉਹਨਾਂ ਲੋਕਾਂ ਨਾਲ ਕੀਤਾ ਜਿਹੜੇ ਲੋਕ ਉਹਨੇ ਪੜ੍ਹੇ ਵੀ ਨਹੀਂ ਉਹਨਾਂ ਨੂੰ ਉਹਦਾ ਨਾਂ ਕੀ ਉਹਨੇ ਗਾਲੀ ਗਲੋਚ ਕੀਤਾ ਇਹ ਗਾਲੀ ਗਲੋਚ ਦਾ ਕਰਨਾ ਬਣਦਾ ਨਹੀਂ ਸੀ ਅੱਛਾ ਕਿਸੇ ਵੀ ਪ੍ਰਸ਼ਾਸਨ ਨੂੰ ਜਾਂ ਉਹਦਾ ਨਾਂ ਕੀ ਆ ਕਿਸੇ ਵੀ ਮਹਿਕਮੇ ਦੇ ਬੰਦੇ ਨੂੰ ਇੱਕ ਦੂਜੇ ਦੇ ਨਾਲ ਕੋਈ ਅਧਿਕਾਰ ਨਹੀਂ ਗਾਲੀ ਗਲੋਚ ਕਰਨ ਦਾ ਮੂੰਹ ਨਾਲ ਮੂੰਹ ਤਲਵੀ ਗੱਲ ਕੀਤੀ ਜਾਂਦੀ ਆ ਜਿਹੜੀ ਕਾਨੂੰਨ ਦੀ ਗੱਲ ਸੀ ਉਹ ਕਾਨੂੰਨ ਦੀ ਗੱਲ ਦੱਸਦਾ ਭਾਈ ਤੁਹਾਡੇ ਆ ਰਾਈਟ ਆ ਨਹੀਂ ਰਾਈਟ ਸਰ ਰਾਈਟਸ ਦੀ ਤਾਂ ਬਾਅਦ ਚ ਚਲੋ ਆਪਾਂ ਗੱਲ ਕਰਦੇ ਆ ਰਾਈਟ ਦੀ ਲੇਕਿਨ ਇਨਸਾਨੀਅਤ ਤੌਰ ਤੇ ਜੇ ਦੇਖਿਆ ਜਾਵੇ ਕਿ ਕਿਸੇ ਦਾ ਘਰ ਟੁੱਟ ਰਿਹਾ ਤੇ ਕਿਸੇ ਦਾ ਜੇ ਘਰ ਟੁੱਟ ਰਿਹਾ ਉਹ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਟਾਈਮ ਦੇ ਦਿਓ ਕਿ ਜੈ ਜੈ ਇੰਨੀ ਗੱਲ ਗਾਲਾਂ ਕੱਢਣੀ ਆ ਸਰ ਆਉਣ ਵਾਲੇ ਟਾਈਮ ਤੇ ਸੰਘਰਸ਼ ਕਿੰਨਾ ਕੁ ਲੰਬਾ ਚੱਲ ਸਕਦਾ ਜਿੰਨਾ ਚਿਰ ਇਹਨਾਂ ਲੋਕਾਂ ਦੇ ਘਰ ਨਹੀਂ ਬਣਦੇ ਉਹਨਾਂ ਚਿਰ ਸੰਘਰਸ਼ ਹੀ ਆ ਜੇ ਬੇਨਤੀ ਕਰਦੇ ਵੀ ਜਿੰਨੇ ਜਾਣੇ ਵੀਡੀਓ ਦੇਖ ਰਹੇ ਵੱਧ ਤੋਂ ਵੱਧ ਇੱਥੇ ਸੰਘਰਸ਼ ਜ਼ਰੂਰ ਸ਼ਾਮਲ ਹੋਈਏ ਅਸੀਂ ਤਾਂ ਜੀ ਉਹਨਾਂ ਨੂੰ ਇਨਸਾਫ਼ ਮਿਲ ਸਕੇ ਸਰ SGPC ਵੱਲੋਂ ਹੁਣ ਅਗਲਾ ਸਟੈਪ ਕੀ ਹੋਵੇਗਾ ਪ੍ਰਧਾਨ ਜੀ ਆਏ ਸੀ ਸਾਨੂੰ ਜਿੱਦਾਂ ਜਿੱਦਾਂ ਦੇਸ਼ ਹੋਣਗੇ ਕਿਉਂਕਿ ਉਹ ਹਾਈ ਲੈਵਲ ਦਾ ਕੰਮ ਹੈ
ਜਿੱਦਾਂ ਜਿੱਦਾਂ ਉਹ ਦੇਸ਼ ਕਰਨਗੇ ਆਪਾਂ ਹਰ ਵੇਲੇ ਉੱਥੇ ਜਿੱਥੇ ਆ ਜਾਣਾ। ਆਉਣ ਵਾਲੇ ਟਾਈਮ ਤੇ ਜੇ ਗੱਲ ਕਰੀਏ ਆਪਾਂ ਲੰਗਰ ਦੀ ਵੀ ਜਿਹੜੀ ਕਿ ਲੰਗਰ ਵੀ ਲਗਾਇਆ ਜਾ ਰਿਹਾ ਐਸ ਜੀ ਪੀ ਸੀ ਵੱਲੋਂ ਕਿ ਲੀਗਲੀ ਤੌਰ ਤੇ ਵੀ ਐਸ ਜੀ ਪੀ ਸੀ ਨਾਲ ਖੜੂਗੀ ਆ ਕੇ ਦੇਖਣ ਨੂੰ ਮਿਲ ਸਕਦਾ। ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਕਿ ਪ੍ਰਧਾਨ ਜੀ ਆਏ ਆ ਉਹ ਸਾਰੀ ਗੱਲਬਾਤ ਕਰਕੇ ਜਿੱਦਾਂ ਜਿੱਦਾਂ ਉਹ ਦੇਸ਼ ਕਰਨਗੇ ਅਸੀਂ ਉਦਾਂ ਉਦਾਂ ਸਾਡੇ ਮੈਨੇਜਰ ਸਾਹਿਬ ਉਦਾਂ ਉਦਾਂ ਇੱਥੋਂ ਕਿਉਂਕਿ ਸਾਡਾ ਗੁਰਦਾਸ ਸਾਹਿਬ ਸਾਂਝੀ ਸਾਹਿਬ ਕਰਤਾਰਪੁਰ ਨਜ਼ਦੀਕ ਪੈਂਦਾ ਹੈ ਸਾਨੂੰ ਜਿੱਦਾਂ ਹਦਾਇਤ ਹੋਏਗੀ ਅਸੀਂ ਉਦਾਂ ਉਦਾਂ ਇੱਥੇ ਹਾਜ਼ਰ ਹੋਵਾਂਗੇ। ਥੈਂਕ ਯੂ ਸਰ। ਸੋ ਇਹ ਸੀਗੇ ਸਾਡੇ ਨਾਲ ਐਸ ਜੀ ਪੀ ਸੀ ਦੇ ਜਿਹੜੇ ਕਿ ਜਥੇਦਾਰ ਕਈ ਇੱਥੇ ਆਏ ਨੇ ਉਹਨਾਂ ਵੱਲੋਂ ਲੰਗਰ ਜਿਹੜਾ ਕਿ ਲੰਗਰ ਦੀ ਸੇਵਾ ਇੱਥੇ ਲਗਾਤਾਰ ਜਾਰੀ ਹੈ ਅਤੇ ਇਹਨਾਂ ਵੱਲੋਂ ਇਹ ਵੀ ਚੀਜ਼ ਕਿਹਾ ਜਾ ਰਿਹਾ ਕਿ ਅਗਰ ਜੇ ਸਾਡੇ ਪ੍ਰਧਾਨ ਸਾਹਿਬ ਕਹਿਣ ਤਾਂ ਆਉਣ ਵਾਲੇ ਟਾਈਮ 'ਤੇ ਇਹਨਾਂ ਨਾਲ ਲੀਗਲੀ ਵੀ ਤੁਰਨ ਲਈ ਐਸ ਜੀ ਪੀ ਸੀ ਜਿਹੜੀ ਕਿ ਰੈਡੀ ਹੈ। ਸੋ ਇਸ ਦੇ ਨਾਲ ਹੀ ਮੈਨੂੰ ਗੌਰਵ ਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀ ਵੀ।